ਅੱਜ ਅਸੀਂ ਵਿਧਾਨ ਸਭਾ ਕਾਲੀ ਨਾਲੇ ਦੇ 26 ਪਿੰਡਾਂ ਨੂੰ ਜਿਹੜੇ ਆ 65 ਲੱਖ ਦੇ ਮਤਲਬ ਜਿਹੜੇ 65.5 ਲੱਖ ਦੇ ਚੈੱਕ ਜਿਹੜੇ ਆ ਉਹ ਡਿਲੀਵਰ ਕੀਤੇ। ਅਸੀਂ ਮਤਲਬ ਜਿਹੜਾ 43 ਲੱਖ ਜਿਹੜਾ ਅਸੀਂ ਨਾਲੇ ਬਲਾਕ ਦੇ ਵਿੱਚ ਅਤੇ 22 ਲੱਖ ਰੁਪਈਆ ਜਿਹੜਾ 22.5 ਲੱਖ ਰੁਪਈਆ ਰਵਿਦਾਸ ਬਲਾਕ ਦੇ ਵਿੱਚ ਟੋਟਲ ਜਿਹੜੇ 26 ਪਿੰਡ ਨੇ। ਅਸੀਂ ਪਿਛਲੇ ਹਫ਼ਤੇ 1 ਕਰੋੜ ਕਰੀਬ 29 ਲੱਖ ਦੇ ਚੈੱਕ ਜਿਹੜੇ ਸੀ ਉਸ ਦਿਨ 19 ਪਿੰਡਾਂ ਨੂੰ ਦਿੱਤੇ ਸੀ। ਅੱਜ ਫਿਰ ਇਹ ਚੈੱਕ ਅਸੀਂ ਮਤਲਬ ਸਾਰੇ ਨਾਲੇ ਹਲਕੇ ਦੇ ਵਿੱਚ ਦੇ ਰਹੇ ਹਾਂ। ਇਹ ਉਹਨਾਂ ਪਿੰਡਾਂ ਨੂੰ ਦੇ ਰਹੇ ਹਾਂ ਜਿੱਥੇ ਪਹਿਲਾਂ ਅਜੇ ਘੱਟ ਕੰਮ ਹੋਇਆ, ਉੱਥੇ ਬਾਕੀ ਕੰਮ ਜਿਹੜੇ ਆ ਉਹ ਅਸੀਂ ਕਰਾ ਰਹੇ। ਮੇਰਾ ਟੀਚਾ ਕਿ ਆਹ ਜਿਹੜੇ ਅਗਲੇ 2.5 ਸਾਲ ਹੈ, ਹੁਣੇ ਮਤਲਬ ਜਿਹੜੀ 16 ਤਰੀਕ ਲੰਘੀ ਹੈ, ਉਸ ਤੋਂ ਬਾਅਦ 19 ਲੰਘ ਗਈ, 2.5 ਸਾਲ ਹੋ ਗਏ ਸਰਕਾਰ ਨੂੰ। ਬਾਕੀ 2.5 ਸਾਲਾਂ ਦੇ ਵਿੱਚ ਵਿਕਾਸ ਪੂਰੇ ਪੰਜਾਬ 'ਚ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾ ਕਿ ਪੂਰੇ ਪੰਜਾਬ 'ਚ 1 ਸਾਲ ਬਰਾਬਰ ਵਿਕਾਸ ਜਿਹੜਾ ਕਰਨਾ। ਅਤੇ ਆਪਾਂ ਜਿਹੜਾ ਅਜਨਾਲੇ ਹਲਕੇ ਦੇ ਵਿੱਚ ਕੋਈ ਪਿੰਡ ਜਿਹੜਾ ਕੋਈ ਪੰਚਾਇਤ ਨਹੀਂ ਰਹਿਣ ਦੇਣੀ ਜਿਹੜੀ ਇਹ ਕਹੇ ਕਿ ਮੈਨੂੰ ਪੈਸੇ ਨਹੀਂ ਮਿਲੇ ਜਾਂ ਮੇਰਾ ਕੰਮ ਨਹੀਂ ਹੋਇਆ। ਸੋ ਮੈਂ ਉਸ ਕੰਮ 'ਤੇ ਲੱਗਾ ਕਿ ਵੱਧ ਤੋਂ ਵੱਧ ਪੈਸੇ ਜਿਹੜੇ ਆਪਣੇ ਏਰੀਏ ਨੂੰ ਪਿੰਡਾਂ ਦੇ ਜਿਹੜੇ ਕੰਮ ਪਿੰਡਾਂ ਦੇ ਵਿੱਚ ਪਿਛਲੇ 50 ਸਾਲਾਂ 'ਚ ਨਾ ਕਿਸੇ ਨੇ ਛੱਪੜ ਬਣਾਏ, ਨਾ ਕਿਸੇ ਨੇ ਫਿਰਨੀਆਂ ਬਣਾਈਆਂ, 4 ਸਫੇਰੇ ਜਿਹੜੇ ਪਿੰਡ ਦੇ ਹੁੰਦੇ, ਔਰ ਅੱਜ ਵੀ ਇੰਨੇ ਚਿਰ ਬਾਅਦ ਗਲੀਆਂ ਨਾਲੀਆਂ ਲਈ ਲੋਕ ਸਾਡੇ ਕੋਲ ਪੈਸੇ ਮੰਗ ਰਹੇ। ਬੜੀ ਹੈਰਾਨਗੀ ਹੋਈ ਕਿ 50 ਸਾਲਾਂ 'ਚ ਪਹਿਲੀ ਵਾਰ ਉਸ ਪਿੰਡ ਨੂੰ ਗਰਾਂਟ ਮਿਲੀ। ਉੱਥੇ ਪੂਰੇ ਦਾ ਪੂਰਾ ਕੱਚਾ ਪਿੰਡ, ਮੀਡੀਆ ਵਾਲਿਆਂ ਨੇ ਉੱਧਰ ਵੇਖਿਆ ਨਾ, ਕੱਚੇ ਪਿੰਡ ਜਿੱਥੇ ਕੋਈ ਕੋਈ ਗਲੀ ਨਹੀਂ ਬਣੀ, ਕੋਈ ਵਹਿਣੀ ਨਹੀਂ ਬਣੀ। ਲੋਕ ਜ਼ਿਆਦਾ ਵੋਟਾਂ ਪਾ ਦਿੰਦੇ ਆ, ਮੁੜ ਕੇ ਇਹ ਲੀਡਰ ਨਹੀਂ ਆਉਂਦੇ, ਬਾਰਡਰ ਦੇ ਲੋਕਾਂ ਕੋਲ ਤਾਂ ਜਾਂਦੇ ਜੀ। ਇਹ ਸਾਰੇ ਆਪਾਂ ਬਾਰਡਰ ਦੇ ਪਿੰਡ ਜ਼ਿਆਦਾਤਰ, ਵੈਸੇ ਤਾਂ ਸਾਰਾ ਨਾਲਾ ਹਲਕਾ ਵੀ ਬਾਰਡਰ 'ਤੇ, ਪਰ ਜਿਹੜੇ ਬਿਲਕੁਲ ਹੱਦ ਦੇ ਉੱਤੇ ਉਹ ਪਿੰਡ ਚੂਜ਼ ਕੀਤੇ ਆ ਕਿ ਇਹਨਾਂ ਨੂੰ ਕੋਈ ਵਿਚਾਰਿਆਂ ਨੂੰ। ਕਿਉਂਕਿ ਜਦੋਂ 22 ਤੋਂ ਪਹਿਲਾਂ ਅਸੀਂ ਡੋਰ ਟੂ ਡੋਰ ਕਰਦੇ ਸੀ, ਕੰਪੇਨ ਕਰਦੇ ਸੀ, ਉਦੋਂ ਸਾਨੂੰ ਲੋਕ ਕਹਿੰਦੇ ਜੀ ਵੋਟ ਪਾ ਦਾਂਗੇ, ਪਰ ਵੋਟ ਲੈਣ ਤੋਂ ਬਾਅਦ ਕਦੀ ਵੀ ਸਾਡੇ ਹਲਕੇ 'ਚ ਮੁੜ ਕੇ ਕੋਈ ਲੀਡਰ ਨਹੀਂ ਬਣਿਆ। ਅਤੇ ਮੈਂ ਹਰ ਇੱਕ ਨੂੰ ਕਹਿੰਦਾ ਯਾਰ ਇੱਕ ਦਾ ਵੋਟ ਤਾਂ ਪਾਓ, ਇੱਕ ਸਾਡੀਆਂ ਆਉਣੀਆਂ। ਸੋ ਹੁਣ ਅਸੀਂ ਕਈ ਕਈ ਚੱਕਰ ਜਿਹੜੇ ਆ ਉਹ ਲਾਏ ਆ, ਲਾ ਰਹੇ ਹਾਂ, ਅਗਲੇ 2.5 ਸਾਲ ਵੀ ਇਸੇ ਕੰਮ 'ਤੇ ਆ। 2.5 ਸਾਲਾਂ ਦੇ ਵਿੱਚ 1 ਵੀ ਚੀਜ਼ ਜਿਹੜੀ ਅੱਜ ਨਾਲੇ ਹਲਕੇ ਦੇ ਵਿੱਚ ਸੜਕਾਂ ਤੋਂ ਲੈ ਕੇ ਹਰ ਚੀਜ਼ ਬਿਲਕੁਲ ਮਤਲਬ ਜਿਹੜੀ ਅਸੀਂ ਵਿਕਾਸ ਦੀ ਉਹ ਰਹਿਣ ਦੀ ਦੇਣੀ। ਔਰ ਇੱਕ ਜਿਹੜਾ ਪਿਛਲੇ ਹਫ਼ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਅਸੀਂ ਸ਼ੁਰੂ ਕੀਤਾ ਰੇਲਵੇ ਲਾਈਨ, ਕਿ ਅਜਨਾਲਾ ਬੱਲਰਵਾਲ ਨੂੰ ਰੇਲਵੇ ਲਿੰਕ ਦੇ ਨਾਲ ਜਿਹੜਾ ਜੋੜਿਆ ਜਾਵੇ, ਸਾਰੇ ਦੇਸ਼ ਦੇ ਨਾਲ ਜੋੜਿਆ ਜਾਵੇ ਰੇਲਵੇ ਦੇ ਥਰੂ। ਇਹ ਮੈਂ ਜਿਹੜੀ ਮੀਟਿੰਗ ਕਰਕੇ ਆਇਆ ਸੀ, ਮੈਨੂੰ ਬੜੀ ਖੁਸ਼ੀ ਹੋਈ ਕਿ ਕੱਲ੍ਹ ਮੈਨੂੰ ਦਿੱਲੀ ਅਫਸਰਾਂ ਦੀ ਕਾਲ ਆਈ ਸੀ ਕਿ ਅਸੀਂ ਤੁਹਾਡੇ ਏਜੰਡੇ ਦੇ ਉੱਤੇ ਆਪਣੀਆਂ ਮੀਟਿੰਗਾਂ ਸ਼ੁਰੂ ਕਰਤੀਆਂ। ਔਰ ਜੇ ਰੇਲਵੇ ਟਰੈਕ ਬਣ ਜਾਂਦਾ ਬੱਲਰਵਾਲ ਤੱਕ, ਰੇਲਵੇ ਸਟੇਸ਼ਨ ਬਣ ਜਾਂਦਾ ਅਜਨਾਲਾ, ਅਸੀਂ ਜੇ ਰੇਲਵੇ ਦੇ ਨਾਲ ਜੁੜ ਜਾਂਦੇ ਹਾਂ ਤਾਂ ਸਰ ਅਜਨਾਲਾ ਵਿਕਾਸ ਦੇ ਪੱਖੋਂ ਤੁਸੀਂ ਦੇਖਿਓ ਸਭ ਤੋਂ ਮੋਹਰੀ ਹੋਊਗਾ। ਇਹੀ ਕਾਰਨ ਹੈ ਕਿ ਹੁਣ ਤੱਕ ਅਜਨਾਲੇ ਦੇ ਵਿੱਚ ਇੱਕ ਬਿਨਾਂ ਸ਼ੂਗਰ ਮਿਲ ਤੋਂ ਕੋਈ ਫੈਕਟਰੀ ਨਹੀਂ ਆਈ। ਉਹਦਾ ਕਾਰਨ ਸੀਗਾ ਜਦੋਂ ਮੈਂ ਹੁਣ ਸਾਡੇ ਵਿਕਾਸ ਲਈ ਜਦੋਂ ਇੰਡਸਟਰੀ ਵਾਸਤੇ ਸੀ ਐਮ ਸਾਹਿਬ ਨੇ ਸ਼ੁਰੂ ਕੀਤਾ ਇਨਵੈਸਟ ਪੰਜਾਬ ਦੇ ਵਿੱਚ, ਅਤੇ ਮੈਂ ਕਈ ਕੰਪਨੀਆਂ ਨੂੰ ਕਿਹਾ ਕਿ ਯਾਰ ਤੁਸੀਂ ਇਹ ਨਾਲੇ ਮਤਲਬ ਫੈਕਟਰੀਆਂ ਲਾਓ।
ਉਹਨਾਂ ਨੇ ਜਦੋਂ ਨਾਲੇ ਦਾ ਸਰਵੇ ਕੀਤਾ ਉਹ ਕਹਿੰਦੇ ਧਾਰੀਵਾਲ ਸਾਹਿਬ ਨਾ ਇੱਥੇ ਛੜਕਾਂ ਨਾ ਤੁਹਾਡੇ ਕੋਲ ਬਿਜਲੀ ਹੈਗੀ ਨਾ ਉੱਥੇ ਰੇਲਵੇ ਦੀ ਕੋਈ ਲਾਈਨ ਹੈ ਇਸ ਕਰਕੇ ਤੁਹਾਡੇ ਇੰਡਸਟਰੀ ਲੱਗਣੀ। ਮੈਂ ਜਿੰਨੇ ਬੰਦੇ ਇਕੱਲੇ ਸਾਰੇ ਹੱਥ ਖੜੇ ਕਰਕੇ ਔਰ ਫਿਰ ਮੈਂ ਸਭ ਤੋਂ ਪਹਿਲਾਂ ਮਤਲਬ ਜਿਹੜਾ ਨਾਲੇ ਦਾ ਬਿਜਲੀ ਕਰਨ 66 KV ਤੋਂ 60 ਸਾਲ ਤੋਂ ਪਿਛਲੇ 60 ਸਾਲ ਤੋਂ ਸਭ ਬੰਦਾ ਬੁੱਢਾ ਹੋ ਜਾਂਦਾ 66 KV ਦਾ ਸਬ ਸਟੇਸ਼ਨ ਮਾਨਯੋਗ ਮੁੱਖ ਮੰਤਰੀ ਕੋਲੋਂ 220 KV ਦਾ ਕਿਰਾਇਆ ਤਾਂ ਜੋ ਇੰਡਸਟਰੀ ਲੱਗ ਸਕੇ ਮੇਰੇ ਇਲਾਕੇ ਦੇ ਵਿੱਚ ਉਹਦੇ ਨਾਲੇ ਦੇ ਲੋਕਾਂ ਨੂੰ ਕਦੀ ਬਿਜਲੀ ਦਾ ਸਾਹਮਣਾ ਨਹੀਂ ਕਰਨਾ।